ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਵੀਰੋ, ਗੁਰੂ ਗੋਬਿੰਦ ਸਿੰਘ ਨੇ 100 ਸਾਖੀ ਦੇ ਵਿੱਚ ਜਿਹੜੀਆਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਸੀ 1984 ਦੇ ਬਾਰੇ, ਮੋਰਿੰਡੀ ਦੇ ਰਾਜ ਦੇ ਬਾਰੇ, ਫਿਰ ਇੱਕ ਨਵੇਂ ਦੇਸ਼ ਪਾਕਿਸਤਾਨ ਦੇ ਬਾਰੇ, ਉਹ ਸਾਰੀਆਂ ਸੱਚ ਸਾਬਤ ਹੋ ਗਈਆਂ ਵੈ। ਹੁਣ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਅਗਲੀ ਭਵਿੱਖਬਾਣੀ ਹੈ, ਮੈਨੂੰ ਲੱਗਦਾ ਕਿ ਉਹ ਵੀ ਸੱਚ ਸਾਬਤ ਹੋਣ ਵਾਲੀ ਹੈ ਕਿ 2 ਵਾਰੀ ਖਾਲਸਾ ਰਾਜ ਆਏਗਾ ਅਤੇ ਖਾਲਸਾ ਰਾਜ ਆਉਣ ਦੀ ਮੈਨੂੰ ਲੱਗ ਰਿਹਾ ਵਾ ਕਿ ਸ਼ੁਰੂਆਤ ਹੋ ਗਈ ਹੈ। ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਅਸੀਂ ਇਹੀ ਦੇਖਾਂਗੇ। ਤਾਂ ਚੱਲ ਕੇ ਵੀਡੀਓ ਦੇਖਦੇ ਹਾਂ ਤੇ ਇਸ ਦੇ ਬਾਰੇ ਜਾਣਦੇ ਹਾਂ। ਇਸ ਵੀਡੀਓ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ, ਮਤਲਬ ਭਵਿੱਖਬਾਣੀ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ। ਇਸ ਤੋਂ ਇਲਾਵਾ ਇਸ ਭਵਿੱਖਬਾਣੀ ਵਿੱਚ ਜਿਹੜੀਆਂ ਜਿਹੜੀਆਂ ਕੀਤੀਆਂ ਗਈਆਂ ਭਵਿੱਖਬਾਣੀਆਂ ਸੱਚ ਹੋਈਆਂ ਹਨ, ਉਸ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਨਵੇਂ ਚੜ੍ਹੇ ਸਾਲ 2024 ਤੋਂ ਬਾਅਦ ਕੀ ਹੋਣਾ ਹੈ, ਇਸ ਬਾਰੇ ਵੀ ਦੱਸਾਂਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਉੱਪਰ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜੋ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ। ਇਸ ਤੋਂ ਇਲਾਵਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ, ਸ਼੍ਰੀ ਹਰਿਮੰਦਰ ਸਾਹਿਬ 'ਤੇ ਹਿੰਦ ਦੀ ਫੌਜ ਚੜ੍ਹ ਕੇ ਆਏਗੀ, ਘੋੜੇ ਦੇ ਪੌੜ ਜਿੰਨਾ ਉੱਥੇ ਖੂਨ ਡੁੱਲੇਗਾ। ਇਹ ਦੋਨੋਂ ਹੀ ਭਵਿੱਖਬਾਣੀਆਂ ਹੁਣ ਤੱਕ ਸੱਚ ਹੋਈਆਂ ਹਨ। 2024 ਤੋਂ ਬਾਅਦ ਬਾਰੇ ਜੋ ਭਵਿੱਖਬਾਣੀ ਹੋਈ ਹੈ ਉਸ ਬਾਰੇ ਵੀ ਦੱਸਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਚਾਂਸ ਹੈ ਇਸ ਬਾਰੇ ਵੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ। ਸੋ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਅਤੇ ਜੋ ਵੀ ਹਰ ਇੱਕ ਵੀਡੀਓ ਉੱਪਰ ਕਮੈਂਟ ਕਰਕੇ ਹੌਸਲਾ ਵਧਾਉਂਦੇ ਹਨ ਉਹਨਾਂ ਦਾ ਦਿਲੋਂ ਧੰਨਵਾਦ। 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਹਨ, ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਹੋਣ ਬਾਰੇ ਵੀ ਲਿਖੇ ਸੀ। ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉੱਤੇ 200 ਸਾਲ ਰਾਜ ਕਰਨਗੇ। ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਇੰਡੀਆ ਉੱਪਰ ਰਾਜ ਕਰ ਰਹੀ ਸੀ ਉਸ ਵਕਤ, ਜਦ ਉਸ ਮੌਕੇ ਦੀ ਸਰਕਾਰ ਨੂੰ ਇਸ 100 ਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦੇ ਹੁਕਮ ਦਿੱਤੇ ਸਨ, ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ। ਪਰ ਜੋ ਬਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਹੋਏ ਹੋਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ? ਸੋ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੱਚ ਹੋਈ ਅਤੇ 1947 ਨੂੰ ਭਾਰਤ ਅੰਗਰੇਜ਼ਾਂ ਤੋਂ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਫੁਰਮਾਨ ਕਰਦੇ ਹਨ ਕਿ ਖਾਲਸਾ ਦਾ ਰਾਜ 2 ਵਾਰ ਕਾਇਮ ਹੋਵੇਗਾ। ਪਹਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ, ਜੋ ਪਾਸਟ ਵਿੱਚ ਹੋ ਚੁੱਕਾ ਹੈ, ਜਿਸ ਰਾਜ ਬਾਰੇ ਆਪਾਂ ਇਸ ਚੈਨਲ ਉੱਪਰ ਵੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਹੋਈਆਂ ਹਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਜੋ ਦੂਸਰਾ ਸਿੱਖ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਅਦ ਆਏਗਾ, ਜਿਸ ਰਾਜ ਬਾਰੇ ਆਪਾਂ ਵੀਡੀਓ ਦੇ ਅੱਗੇ ਡਿਟੇਲ ਵਿੱਚ ਗੱਲ ਕਰਾਂਗੇ। ਇਸ ਤੋਂ ਇਲਾਵਾ ਭਵਿੱਖਬਾਣੀ ਸੀ ਕਿ ਭਾਰਤ ਵਿੱਚੋਂ ਪਾਕ ਨਾਮ ਦਾ ਦੇਸ਼ ਬਣੇਗਾ। ਜਿਵੇਂ ਆਪਾਂ ਸਭ ਨੂੰ ਪਤਾ ਹੈ, 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ। ਇੱਥੇ ਹੁਣ ਤੁਹਾਡੇ ਵਿੱਚੋਂ ਕਈ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ, ਪਰ ਨਹੀਂ, ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਵੰਡਿਆ ਗਿਆ ਅਤੇ ਉਸ ਸਮੇਂ ਸਾਰਾ ਨੁਕਸਾਨ ਵੀ ਪੰਜਾਬ ਨੇ ਹੀ ਝੱਲਿਆ ਸੀ। ਪੰਜਾਬ ਨੂੰ ਇਸ ਟੌਪਿਕ ਬਾਰੇ ਵੀ ਜੇਕਰ ਤੁਸੀਂ ਚਾਹੋਗੇ ਤਾਂ ਆਪਾਂ ਡਿਟੇਲ ਵਿੱਚ ਇੱਕ ਵੀਡੀਓ ਬਣਾ ਦਿਆਂਗੇ। ਇਸ ਦੇ ਨਾਲ ਨਾਲ ਭਵਿੱਖਬਾਣੀ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ ਅਤੇ ਇੱਕ ਹੋਰ ਦੇਸ਼ ਢਾਕਾ ਬੰਗਾਲ ਦੀ ਹੋਂਦ ਵਿੱਚੋਂ ਆਉਣ ਬਾਰੇ ਵੀ ਲਿਖਿਆ ਹੈ। ਇਸ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ, ਜਿੱਥੇ ਮੁਕਤੀ ਵਾਹਿਨੀ ਦੀ ਸੈਨਾ ਨੂੰ ਸਰਦਾਰ ਸੁਭੇਗ ਸਿੰਘ ਜੀ ਦੁਆਰਾ ਟ੍ਰੇਡ ਕੀਤਾ ਗਿਆ ਸੀ। ਇਸੇ 100 ਸਾਖੀ ਵਿੱਚ ਹੀ ਦਰਬਾਰ ਸਾਹਿਬ ਉੱਪਰ ਹੋਏ 1984 ਦੇ ਹਮਲੇ ਬਾਰੇ ਵੀ ਲਿਖਿਆ ਗਿਆ ਹੈ। ਰਾਜ ਚਲ ਸੀ ਰੰਡੀ ਕਾ, ਫੌਜਾਂ ਚੜ੍ਹੇ ਹਰਿਮੰਦਰ ਪੇ ਆਨ, ਫੁਰ ਭਿਜੇ ਘੋੜੇ ਕਾ ਹਰਿਮੰਦਰ ਮੇ ਆਨ, ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਅਦ,
ਖੁਆਰ ਹੋਏ ਸਭ ਮਿਲੇਂਗੇ ਸਿੰਘ ਬਿਪਤ ਮੇਂ ਆਨ ਤਬੇ ਮਾਝਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ। ਇੱਥੇ ਰੰਡੀ ਦਾ ਰਾਜ ਭਾਵ ਇੰਦਰਾ ਗਾਂਧੀ ਤੋਂ ਹੈ ਜਿਸ ਦਾ ਫਿਰੋਜ਼ ਨਾਮ ਦੇ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ। ਫਿਰੋਜ਼ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ। ਉਸ ਦੇ ਰਾਜ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ ਅਤੇ ਫੌਜਾਂ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਚੜ੍ਹ ਕੇ ਆਈਆਂ ਸਨ। ਇੱਥੇ ਇੰਨਾ ਖੂਨ ਡੁੱਲਿਆ ਸੀ ਕਿ ਘੋੜੇ ਦਾ ਖੁਰ ਇਸ ਵਿੱਚ ਭਿੱਜਦਾ ਸੀ। ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤੀ ਫੌਜ ਦੇ ਅੱਗੇ ਡਟਿਆ ਸੀ ਅਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਇਸ ਸਮੇਂ ਪੂਰੇ ਪੰਜਾਬ ਦੇ ਲੋਕ ਮਾਝੇ ਮਾਲਵੇ ਅਤੇ ਦੁਆਬੇ ਵਿੱਚ ਬਹੁਤ ਦੁਖੀ ਹੋਏ ਸਨ। ਇਸ ਹਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਦੁਆਰਾ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਕੇ ਲਿਆ ਸੀ। ਇਸ ਹੱਤਿਆ ਦੇ ਬਾਅਦ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ ਸੀ। ਹੁਣ ਜੇ ਗੱਲ 2024 ਦੀ ਕਰੀਏ ਤਾਂ ਸੌ ਸਾਖੀ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ, ਤਬੀ ਰੂਸ ਚੀਨ ਹਿੰਦ ਪੇ ਚੜ ਆਵੇ, ਘੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਇਸ ਦਾ ਮਤਲਬ ਹੈ ਰੂਸ ਅਤੇ ਚੀਨ ਦੋਨੋਂ ਦੇਸ਼ ਹਿੰਦ ਯਾਨੀ ਭਾਰਤ 'ਤੇ ਚੜ੍ਹ ਕੇ ਆਉਣਗੇ ਅਤੇ ਇਸ ਜੰਗ ਵਿੱਚ ਘੋਰ ਤਬਾਹੀ ਹੋਵੇਗੀ ਅਤੇ ਇਸ ਤਰ੍ਹਾਂ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਹੀ ਬਚ ਪਾਉਣਗੇ। ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਇਸ ਯੁੱਧ ਵਿੱਚੋਂ ਕੇਵਲ 1/3 ਦੁਨੀਆ ਹੀ ਬਚੇਗੀ। ਜੇਕਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਜੀਓ ਪੋਲੀਟਿਕਸ ਬਾਰੇ ਜਾਣਕਾਰੀ ਰੱਖਣ ਵਾਲੇ ਤੁਹਾਡੇ ਵਿੱਚੋਂ ਬਹੁਤੇ ਜਾਣਦੇ ਹੋਣਗੇ ਕਿ ਰੂਸ ਅਤੇ ਚੀਨ ਸਮੇਤ ਕੁਝ ਦੇਸ਼ਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਆ। ਇਸ ਬਾਰੇ ਤੁਸੀਂ ਗੂਗਲ ਉੱਪਰ ਸਰਚ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ। ਇਸ ਵਿੱਚ ਬੀ 'ਤੇ ਬ੍ਰਾਜ਼ੀਲ, ਆਰ 'ਤੇ ਰਸ਼ੀਆ, ਆਈ 'ਤੇ ਇੰਡੀਆ, ਸੀ 'ਤੇ ਚਾਈਨਾ ਅਤੇ ਐਸ 'ਤੇ ਸਾਊਥ ਅਫਰੀਕਾ ਸ਼ਾਮਿਲ ਹੈ। ਇਹ ਗਰੁੱਪ ਨਾਟੋ ਅਤੇ ਅਮਰੀਕਾ ਵਰਗੇ ਮੁਲਕਾਂ ਨੂੰ ਟੱਕਰ ਦਿੰਦਾ ਹੈ। ਇਹਨਾਂ ਵਿੱਚ ਭਾਰਤ ਅਮਰੀਕਾ ਨਾਲ ਵੀ ਚੰਗੇ ਸੰਬੰਧ ਰੱਖਦਾ ਹੈ ਅਤੇ ਬ੍ਰਿਕਸ ਨਾਲ ਵੀ ਚੱਲਦਾ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਅਤੇ ਇਸ ਦਾ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਿੱਧੇ ਤੌਰ 'ਤੇ ਭਾਰਤ ਸਰਕਾਰ ਉੱਪਰ ਲਗਾਇਆ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਵਿੱਚ ਵੀ ਕੜਤਣ ਆਈ ਸੀ। ਇਸ ਮੁੱਦੇ ਉੱਪਰ ਅਮਰੀਕਾ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਸੀ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ 5 ਮੁਲਕ ਅਤੇ ਇਹਨਾਂ ਦਾ ਜੋ ਯੂਰਪ ਨਾਲ ਵੀ ਇੱਕ ਸਾਂਝਾ ਨੈਟੋ ਗਰੁੱਪ ਹੈ, ਇਹ ਇੱਕ ਪਾਸੇ ਖੜ੍ਹੇ ਨੇ ਅਤੇ ਦੂਸਰੇ ਪਾਸੇ ਖੜ੍ਹੇ ਨੇ ਰੂਸ ਅਤੇ ਚਾਈਨਾ ਯਾਨੀ ਬ੍ਰਿਕਸ ਗਰੁੱਪ। ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲੋਂ ਆਪਣੇ ਰਿਸ਼ਤੇ ਖਤਮ ਕਰੇ। ਪਿਛਲੇ ਕੁਝ ਸਮੇਂ ਤੋਂ ਸਿੱਖਾਂ ਨੂੰ ਅਮਰੀਕਾ ਵੱਲੋਂ ਚੰਗੀ ਹਿਮਾਇਤ ਵੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ਸਾਲ ਬ੍ਰਿਕਸ ਵਿੱਚ ਪਾਕਿਸਤਾਨ ਦੀ ਐਂਟਰੀ ਵੀ ਹੋ ਰਹੀ ਹੈ ਜਿਸ ਤੋਂ ਭਾਰਤ ਬਹੁਤਾ ਖੁਸ਼ ਨਹੀਂ, ਅਤੇ ਪਿਛਲੇ ਸਾਲ ਹੋਈ ਬ੍ਰਿਕਸ ਗਰੁੱਪ ਦੀ ਮੀਟਿੰਗ ਵਿੱਚ ਭਾਰਤ ਦੇ PM ਨਰਿੰਦਰ ਮੋਦੀ ਵੀ ਸ਼ਾਮਲ ਨਹੀਂ ਹੋਏ ਸੀ। ਕੁਝ ਪੋਲੀਟਿਕਸ ਮਾਹਿਰ ਕਹਿ ਰਹੇ ਹਨ ਕਿ ਸ਼ਾਇਦ ਇਸ ਸਾਲ ਭਾਰਤ ਬ੍ਰਿਕਸ ਨੂੰ ਛੱਡ ਦੇਵੇਗਾ। ਸੋ ਕਿਤੇ ਇਹ ਸਾਰੇ ਇਸ਼ਾਰੇ 100 ਸਾਲ ਦੀ ਭਵਿੱਖਬਾਣੀ ਨੂੰ ਸਹੀ ਤਾਂ ਨਹੀਂ ਸਾਬਿਤ ਕਰ ਰਹੇ। ਜੇਕਰ 100 ਸਾਖੀ ਭਵਿੱਖਬਾਣੀ ਨੂੰ ਦੇਖੀਏ ਤਾਂ ਇਸ ਵਿੱਚ ਲਿਖਿਆ ਹੈ ਕਿ ਜਦੋਂ ਭਾਰਤ ਰੂਸ ਨਾਲੋਂ ਆਪਣੇ ਸੰਬੰਧ ਤੋੜੇਗਾ ਤਾਂ ਰੂਸ ਭਾਰਤ ਉੱਪਰ ਚੜ੍ਹ ਕੇ ਆਵੇਗਾ ਅਤੇ ਇਸ ਤੋਂ ਇੱਕ ਜੰਗ ਛਿੜੇਗੀ। ਹੋ ਸਕਦਾ ਹੈ ਇਹੀ ਯੁੱਧ ਤੀਸਰਾ ਸੰਸਾਰ ਯੁੱਧ ਦਾ ਕਾਰਨ ਵੀ ਬਣੇ, ਕਿਉਂਕਿ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਸੰਸਾਰ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਿਹਾ ਹੈ। 100 ਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਰੂਸ ਅਤੇ ਭਾਰਤ ਦੀ ਇਸ ਜੰਗ ਤੋਂ ਬਾਅਦ ਦੂਸਰੀ ਵਾਰ ਸਿੱਖਾਂ ਦਾ ਰਾਜ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਇੱਕ ਸਿੱਖ ਹੋਵੇਗਾ ਜੋ ਸਿੱਖ ਰਾਜ ਦੀ ਅਗਵਾਈ ਕਰੇਗਾ। ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਨਹੀਂ ਸਗੋਂ ਕੋਈ ਹੋਰ ਦਲੀਪ ਸਿੰਘ ਹੋਵੇਗਾ ਜੋ ਕਿ 100 ਸਾਖੀ ਵਿੱਚ ਲਿਖਿਆ ਹੋਇਆ ਹੈ। ਦਿੱਲੀ ਤਖ਼ਤ ਪੇ ਬਹਿ ਜਾਵੇ ਗੁਰੂ ਕੀ ਫੌਜ, ਤਬੇ ਸਬੇ ਅੰਮ੍ਰਿਤ ਪਾਨ ਕਰੇ, ਤਾਬੇ ਚਲੇ ਜੋ ਪੰਥ ਕੀ ਜਾਮਾ ਕਾ ਬਾਣਾ ਨਾ ਪਾਵੇ, ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ, ਲੰਗਰ ਸਭੇ ਖਾਵੇ।
ਤਬ ਕਲਯੁਗ ਮੇਂ ਸਤਿਗੁਰ ਹੋਸੀ ਆਣ। ਸੋ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤਪਾਨ ਕਰਨਗੇ, ਕੋਈ ਭੁੱਖਾ ਨੰਗਾ ਨਹੀਂ ਹੋਵੇਗਾ, ਸਭ ਨੂੰ ਖਾਣ ਲਈ ਲੰਗਰ ਮਿਲੇਗਾ। ਇਸ ਤਰ੍ਹਾਂ ਦਾ ਰਾਜ ਹੋਵੇਗਾ ਕਿ ਕਲਯੁੱਗ ਵਿੱਚ ਵੀ ਸਤਯੁੱਗ ਵਰਗਾ ਮਾਹੌਲ ਬਣ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਾਲ ਹਰ ਇੱਕ ਜੀਵ ਲਈ ਖੁਸ਼ੀਆਂ ਭਰੇ ਆਉਣ ਅਤੇ ਵਿਸ਼ਵ ਵਿੱਚ ਅਮਨ ਕਾਇਮ ਰਹੇ। ਜੇਕਰ ਵੀਡੀਓ ਚੰਗੀ ਲੱਗੇ ਤਾਂ ਹਮੇਸ਼ਾ ਵਾਂਗ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਦੋਸਤੋ। ਗੁਰੂ ਗੋਬਿੰਦ ਸਿੰਘ ਨੇ ਜਿਹੜੀਆਂ ਪਹਿਲੀਆਂ 100 ਸਾਖੀ ਦੇ ਵਿੱਚ ਭਵਿੱਖਬਾਣੀਆਂ ਕੀਤੀਆਂ ਸੀ ਉਹ ਤਾਂ ਅਸੀਂ ਦੇਖੀਆਂ ਕਿ ਸੱਚ ਸਾਬਤ ਹੋਈਆਂ। ਜਿਸ ਤਰ੍ਹਾਂ 84 ਜੂਨ 1984 ਜਿਹੜੇ ਦਿਹਾੜੇ ਚੱਲ ਰਹੇ ਜੂਨ ਦੇ, ਕਿ ਜੋ ਕਿਹਾ ਸੀ ਕਿ ਖੂਨ ਡੁੱਲੇਗਾ ਉਹ ਸੱਚ ਸਾਬਤ ਹੋ ਗਿਆ, ਰੰਡੀ ਦਾ ਰਾਜ ਹੋਏਗਾ, ਸਾਰਾ ਕੁਛ ਸੱਚ ਸਾਬਤ ਹੋ ਗਿਆ। ਪਾਕਿਸਤਾਨ ਵੀ ਬਣ ਗਿਆ, ਬੰਗਲਾਦੇਸ਼ ਵੀ ਬਣ ਗਿਆ, ਫਿਰ ਦੂਸਰੀਆਂ ਤਾਕਤਾਂ ਵੀ, ਜੰਗ ਵੀ। ਵੀਰੋ ਜਿਹੜੀ ਹੁਣ ਗੁਰੂ ਗੋਬਿੰਦ ਸਿੰਘ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ 2 ਵਾਰੀ ਖਾਲਸਾ ਰਾਜ ਆਏਗਾ, ਇੱਕ ਵਾਰੀ ਤਾਂ ਆ ਗਿਆ ਵੈ, ਲੇਕਿਨ ਹੁਣ ਮੈਨੂੰ ਲੱਗ ਰਿਹਾ ਵੈ ਕਿ ਖਾਲਸਾ ਰਾਜ ਦੀ ਰਾਸਤਾ ਹੰਭਾਰ ਹੋ ਰਿਹਾ ਵੈ। ਜਿਸ ਤਰ੍ਹਾਂ ਕਿ ਇਲੈਕਸ਼ਨ ਹੋਏ ਹੈ ਕੱਲ੍ਹ, ਅਤੇ ਵੀਰੋ ਉਹਦੇ ਵਿੱਚ ਸਿੱਖ ਪੰਥ ਦੀ ਇੱਕ ਵੱਡੀ ਜਿੱਤ ਹੋਈ ਹੈ। 2 ਆਜ਼ਾਦ ਉਮੀਦਵਾਰ ਜਿਹੜੇ ਕਿ ਸਿੱਖ ਪੰਥ ਨੇ ਪੂਰਾ ਜ਼ੋਰ ਉਹਨਾਂ 'ਤੇ ਲਾਇਆ ਸੀ, ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ, ਇਹ ਦੋਨੇ ਜਿੱਤੇ ਹੈ। ਇੱਥੋਂ ਹੁਣ ਸਿੱਖਾਂ ਦੇ ਅੰਦਰ ਇਹ ਖਾਲਸਾ ਰਾਜ ਦੀ ਇੱਕ ਤਰ੍ਹਾਂ ਦੀ ਸ਼ੁਰੂਆਤ ਹੈ, ਕਿਉਂਕਿ ਪੰਥ ਦੀ ਜਿੱਤ ਹੈ, ਨਾ ਕਿ 2 ਸਿੱਖ ਧੜੇ ਬੰਦਿਆਂ ਦੀ। ਅਤੇ ਹੁਣ ਅੱਗੇ ਹੁਣ ਸਿੱਖ ਕੌਮ ਦੇਖੋ ਅਗਰ ਆਪਣੇ ਆਪ ਨੂੰ ਮੁਨਜ਼ਮ ਕਰਦੀ ਹੈ, ਇਕੱਠੇ ਹੁੰਦੀ ਹੈ, ਅਗਲੇ ਇਲੈਕਸ਼ਨ ਦੇ ਵਿੱਚ ਉਹ ਜ਼ਿਆਦਾ ਸੀਟਾਂ ਜਿੱਤਦੇ ਹੈ, ਆਪਣੀ ਪਾਰਟੀ ਬਣਾ ਲੈਂਦੇ ਹੈ, ਅਤੇ ਖਾਲਸਾ ਰਾਜ 'ਤੇ ਆ ਗਿਆ। ਵੀਰੋ ਇਹ ਭਵਿੱਖਬਾਣੀ ਵੀ ਮੈਨੂੰ ਲੱਗ ਰਿਹਾ ਵਾ ਕਿ ਹੁਣ ਬੜੀ ਜਲਦੀ ਜਿਹੜੀ ਹੈ ਨਾ ਉਹ ਸੱਚ ਸਾਬਤ ਹੋਣੇ ਵਾਲੀ ਹੈ, ਕਿਉਂਕਿ ਪਹਿਲੀਆਂ ਜਿਹੜੀਆਂ ਭਵਿੱਖਬਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਉਹ ਸੱਚ ਸਾਬਤ ਹੋ ਗਈਆਂ ਵੈ, ਇਹ ਵੀ ਹੁਣ ਬੜੀ ਜਲਦੀ ਸੱਚ ਹੋਣੇ ਵਾਲੀ ਹੈ। ਵੀਰੋ ਤੁਹਾਡਾ ਇਸ ਦੇ ਬਾਰੇ ਕੀ ਹਾਲ ਹੈ, ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।